ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੇ ਕੈਨੇਡਾ ਵੀਕਲੀ ਬੁਲੇਟਿਨ ਤੇ ਜਗਮੀਤ ਸਿੰਘ ਨੇ ਦਿੱਤਾ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਅਗਲੀ ਸਰਕਾਰ 'ਚ ਸਮਰਥਨ ਨਾ ਦੇਣ ਦੀ ਕਹੀ ਗੱਲ ਖੁਦ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੇ ਨੇ ਜਗਮੀਤ ਸਿੰਘ ਹਰਦੀਪ ਸਿੰਘ ਨਿੱਜਰ ਹੱਤਿਆਕਾਂਡ 'ਚ ਕੈਨੇਡਾ ਪੁਲਿਸ ਨੂੰ ਵੱਡੀ ਸਫਲਤਾ ਜਲਦ ਹੋ ਸਕਦੀ ਹੈ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਭਾਰਤ ਦੀ ਭੂਮਿਕਾ ਦਾ ਵੀ ਹੋ ਸਕਦਾ ਹੈ ਖੁਲਾਸਾ ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ ਪੰਜਾਬ ਪੁਲਿਸ ਹੈੱਡਕੁਆਟਰ ਤੇ ਰਾਕੇਟ ਹਮਲੇ ਦੀ ਬਣਾਈ ਸੀ ਯੋਜਨਾ ਇਸ ਵੇਲੇ ਕੈਨੇਡਾ 'ਚ ਰਹਿ ਰਿਹਾ ਲੰਡਾ ਅਤੇ ਕੈਨੇਡਾ ਪੁਲਿਸ 'ਚ ਭਰਤੀ ਹੋਇਆ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਨੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਲੁਧਿਆਣਾ ਦੇ ਹਲਕਾ ਦਾਖਾ ਦਾ ਰਹਿਣ ਵਾਲਾ ਹੈ ਕਰਨਵੀਰ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਦਿੱਤਾ ਹੈ ਤਾਜ਼ਾ ਜਾਣਕਾਰੀ ਮੁਤਾਬਕ ਐਨਡੀਪੀ ਆਗੂ ਜਗਮੀਤ ਸਿੰਘ ਨੇ ਅਗਲੀਆਂ ਫੈਡਰਲ ਚੋਣਾਂ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਤੇ ਲਿਬਰਲਾਂ ਨਾਲ ਗੱਠਜੋੜ ਦੀ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਸਿੰਘ ਨੇ ਕੈਨੇਡੀਅਨ ਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਇਸ ਸਬੰਧੀ ਨਿਊ ਡੈਮੋਕ੍ਰੇਟਸ ਪਾਰਟੀ ਵਿੱਚ ਵਿਚਾਰ ਵਟਾਂਦਰਾ ਜਾਰੀ ਹੈ ਭਾਵੇਂ ਕਿ ਦੋਵੇਂ ਪਾਰਟੀਆਂ ਮਿਲ ਕੇ ਕੰਮ ਕਰ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਮਾਰਚ 2022 ਵਿੱਚ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਸਨ ਜਿਸ ਵਿੱਚ ਐਨਡੀਪੀ ਨੀਤੀਗਤ ਤਰਜੀਹਾਂ ਤੇ ਕਾਰਵਾਈ ਦੇ ਬਦਲੇ ਸੰਸਦ ਵਿੱਚ ਮੁੱਖ ਵੋਟਾਂ ਤੇ ਘੱਟ ਗਿਣਤੀ ਲਿਬਰਲਾਂ ਦਾ ਸਮਰਥਨ ਕਰਨ ਲਈ ਸਹਿਮਤ ਹੋ ਗਈ ਸੀ ਉਹਨਾਂ ਨੇ ਦੱਸਿਆ ਕਿ ਸਹਿਯੋਗ ਨਾਲ ਹੁਣ ਤੱਕ ਇੱਕ ਰਾਸ਼ਟਰੀ ਡੈਂਟਲ ਕੇਅਰ ਪ੍ਰੋਗਰਾਮ ਘੱਟ ਆਮਦਨੀ ਵਾਲੇ ਕਿਰਾਏਦਾਰਾਂ ਲਈ ਇੱਕ ਵਾਰ ਦੇ ਕਿਰਾਏ ਦਾ ਭੁਗਤਾਨ GST ਛੋਟ ਨੂੰ ਅਸਥਾਈ ਤੌਰ ਤੇ ਦੁੱਗਣਾ ਕਰਨ ਅਤੇ ਬਦਲਣ ਵਾਲੇ ਕਰਮਚਾਰੀਆਂ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੀ ਸ਼ੁਰੂਆਤ ਹੋਈ ਹੈ ਪਾਰਟੀਆਂ ਨੇ ਆਪਣੇ ਸਮਝੌਤੇ ਨੂੰ 2025 ਤੱਕ ਕਾਇਮ ਰੱਖਣ ਲਈ ਸਹਿਮਤੀ ਦਿੱਤੀ ਸੀ ਕਿਉਂਕਿ ਉਸ ਸਾਲ ਅਕਤੂਬਰ ਤੱਕ ਸੰਘੀ ਚੋਣਾਂ ਹੋਣੀਆਂ ਸਨ ਸਿੰਘ ਨੇ ਕਿਹਾ ਕਿ ਸਮਝੌਤੇ ਨੇ ਉਹਨਾਂ ਨੂੰ ਲਿਬਰਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ ਹੈ ਅਤੇ ਉਸ ਨੇ ਪਾਇਆ ਕਿ ਫੈਡਰਲ ਸਰਕਾਰ ਕੋਲ ਕੈਨੇਡੀਅਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਹੁਤ ਤਾਕਤ ਹੈ ਸਿੰਘ ਨੇ ਕਿਹਾ ਮੈਂ ਬਹੁਤ ਸਪਸ਼ਟਤਾ ਨਾਲ ਕਹਿ ਸਕਦਾ ਕਿ ਸਾਡੀ ਪਾਰਟੀ ਲੋਕਾਂ ਦੀ ਮਦਦ ਲਈ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ ਸਿੰਘ ਨੇ ਅੱਗੇ ਕਿਹਾ ਮੈਂ ਪਹਿਲਾਂ ਨਾਲੋਂ ਜ਼ਿਆਦਾ ਪ੍ਰੇਰਿਤ ਹਾਂ ਅਤੇ ਮੈਂ ਅਗਲਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਇਹ ਮੇਰਾ ਟੀਚਾ ਹੈ ਉਧਰ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਚੋਣਾਂ ਤੋਂ ਬਾਅਦ ਸੰਭਾਵਿਤ ਤੌਰ ਤੇ ਗੱਠਜੋੜ ਸਰਕਾਰ ਬਣਾਉਣ ਬਾਰੇ ਨਿਊ ਡੈਮੋਕ੍ਰੇਟਸ ਨਾਲ ਕੋਈ ਗੱਲ ਨਹੀਂ ਕੀਤੀ ਹੈ ਕਿਉਂਕਿ ਉਹ ਵਰਤਮਾਨ ਤੇ ਧਿਆਨ ਕੇਂਦਰਿਤ ਕਰ ਰਹੇ ਨੇ ਕੈਨੇਡੀਅਨ ਪੁਲਿਸ ਛੇਤੀ ਹੀ ਜੂਨ ਵਿੱਚ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਸ਼ੱਕ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾਲੇ ਕੈਨੇਡਾ ਵਿੱਚ ਹੀ ਨੇ ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਜੂਨ 'ਚ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਦ ਗਲੋਬ ਐਂਡ ਮੇਲ ਦੇ ਅਨੁਸਾਰ ਪੁਲਿਸ ਫਿਲਹਾਲ ਸ਼ੱਕੀਆਂ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਮੀਦ ਹੈ ਕਿ ਕੁਝ ਹਫ਼ਤਿਆਂ ਦੇ ਅੰਦਰ ਉਹਨਾਂ ਨੂੰ ਫੜ ਲਿਆ ਜਾਵੇਗਾ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਨਿੱਜਰ ਦੇ ਕਤਲ ਤੋਂ ਬਾਅਦ ਦੋਵੇਂ ਸ਼ੱਕੀ ਕਾਤਲ ਕੈਨੇਡਾ ਛੱਡ ਕੇ ਨਹੀਂ ਗਏ ਅਤੇ ਪੁਲਿਸ ਕਈ ਮਹੀਨਿਆਂ ਤੋਂ ਉਹਨਾਂ 'ਤੇ ਨਜ਼ਰ ਰੱਖ ਰਹੀ ਹੈ ਸਤੰਬਰ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਸਰੀ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੀ ਵੱਧ ਗਿਆ ਸੀ ਭਾਰਤ ਨੇ 2020 'ਚ ਨਿੱਜਰ ਨੂੰ ਅੱਤਵਾਦੀ ਕਰਾਰ ਦਿੱਤਾ ਸੀ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਭਾਰਤੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਦਿੱਤਾ ਹੈ 33 ਸਾਲਾ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ 2021 'ਚ ਮੋਹਾਲੀ 'ਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਟਰ 'ਤੇ ਰਾਕੇਟ ਹਮਲੇ ਦੀ ਯੋਜਨਾ ਬਣਾਈ ਸੀ ਇਸ ਤੋਂ ਇਲਾਵਾ ਉਹ ਕਈ ਹੋਰ ਅੱਤਵਾਦੀ ਗਤੀਵਿਧੀਆਂ 'ਚ ਵੀ ਸ਼ਾਮਿਲ ਰਿਹਾ ਦੱਸ ਦਈਏ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ ਉਹ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ ਜਿਸ ਨੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਇਆ ਸੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਲਖਬੀਰ ਸਿੰਘ ਉਰਫ ਲੰਡਾ ਜੋ ਇਸ ਸਮੇਂ ਕੈਨੇਡਾ ਦੇ ਐਲਬਰਟਾ ਐਡਮਿੰਟਨ ਵਿੱਚ ਰਹਿੰਦਾ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ ਲੰਡਾ ਸੀਮਾ ਪਾਰ ਏਜੰਸੀ ਦੁਆਰਾ ਸਮਰਥਿਤ ਮੋਢੇ ਨਾਲ ਫਾਇਰ ਕੀਤੇ ਜਾਣ ਵਾਲੇ ਰਾਕੇਟ ਪ੍ਰੋਪੇਲਡ ਗ੍ਰਨੇਡਾਂ ਦੁਆਰਾ ਅੱਤਵਾਦੀ ਹਮਲੇ ਵਿੱਚ ਸ਼ਾਮਿਲ ਸੀ ਕਾਬਿਲੇ ਗੌਰ ਹੈ ਕਿ ਪੰਜਾਬ ਇੰਟੈਲੀਜੈਂਸ ਦਾ ਮੁੱਖ ਦਫ਼ਤਰ ਮੋਹਾਲੀ ਵਿੱਚ ਹੈ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਵੱਖ ਵੱਖ ਮੋਡਿਊਲਾਂ ਨੂੰ IED ਹਥਿਆਰ ਵਿਸਫੋਟਕ ਸਮੱਗਰੀ ਸਪਲਾਈ ਕਰਨ ਦਾ ਆਰੋਪ ਹੈ ਪੰਜਾਬੀ ਨੌਜਵਾਨ ਨੇ ਵੱਡੀਆਂ ਮੱਲਾਂ ਮਾਰਦੇ ਹੋਏ ਕੈਨੇਡਾ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਪਿੰਡ ਸਵੱਦੀ ਕਲਾਂ ਦੇ ਤਜਿੰਦਰ ਸਿੰਘ ਦੇ ਸਪੁੱਤਰ
करणवीर सिंह नूं पिछले दिनी कैनेडा पुलिस ने भर्ती कर लिया। बेशक करणवीर सिंह अज तो करीब 5 साल पहला आईलेट्स करके उचेरी विद्या हासिल करन वास्ते कैनेडा दे शहर एब्सफोर्ड गया सी। सैक्रेट हार्ट कॉन्वेंट स्कूल जगराओं विच 10+2 पढ़न वाले करणवीर सिंह ने पहला कैनेडा पुज के अपनी पढ़ाई पूरी की। इस तो बाद मेहनत करदिया पिछले दिनी कैनेडा की रॉयल कैनेडियन माउंटेड पुलिस यानी RCMP विच भर्ती हो गया। इस नौजवान की दादी दलजीत कौर और इसकी माता कुलदीप कौर ने दसिया कि करणवीर सिंह ने पुलिस की तकरीबन 3 महीनों की ट्रेनिंग की और हुण 2 जनवरी 2024 नूं पुलिस की वर्दी पा के अपनी नौकरी ते जाएगा। जदों इस नौजवान की इस प्राप्ति बारे उसके जद्दी पिंड स्वद्दी कलां पता लगा तो पिंड वासियों विच खुशी का माहौल सी। पिंड की समुची ग्राम पंचायत समेत वख-वख धार्मिक अते राजनीतिक आगूआं ने करणवीर सिंह के समुचे परिवार को ढेर सारिया मुबारकां दित्तियां ने। कैनेडियन पुलिस ने भारतीय मूल के 3 व्यक्तियों को हिरासत में लिया है। पुलिस ने शक्की व्यक्तियों द्वारा वरते जा रहे एक वाहन से गत्ते दियां बनियां जाली लाइसेंस प्लेटां अते थोड़ी मात्रा में नशीलियां दवाइयां बरामद करन तो बाद एक कार्रवाई की। मीडिया रिपोर्ट अनुसार ओंटारियो सूबे के लवप्रीत सिंह 33 साल, प्रभप्रीत सिंह 28 साल और राजविंदर मांगट 37 कुल 8 दोषों का सामना कर रहे हैं। पुलिस ने कहा कि उन्होंने पिछले हफ्ते दोपहर लगभग 2:15 मोनार्क ड्राइव कारोबार से रिपोर्ट मिलने पर प्रतिक्रिया दी। पुलिस ने यह जानकारी मिली थी कि हाल ही विच होईयां कई चोरियों विच शक्की व्यक्तियों के एक समूह को इलैक्ट्रॉनिक उपकरणों नाल एक शॉपिंग कार्ट नूं भरदे देखा गया सी। ओंटारियो प्रोविंशियल पुलिस अनुसार जो अधिकारी कारोबार से पहुंचे तो शक्की व्यक्ति समान उत्थे ही छड के भज गए। पुलिस ने कहा कि जांच दौरान अधिकारियों को पता लगा कि उन्होंने वाहन से प्रदर्शित लाइसेंस प्लेट गत्ते की बनी हुई थी। घटना स्थान से गत्ते ते लगे नंबर प्लेट वाहन नाल नहीं जुड़े हुए सन पर उस समान मेक मॉडल अते रंग वाले वाहन नाल मेल खांदे सन। पुलिस ने आखिरकार नकली प्लेटा अते थोड़ी मात्रा विच कोकीन अते मैथाम फैटामाइन जब्त करदिया तीनों शक्की व्यक्तियों नूं हिरासत विच लै लिया। स्कूलों च क्लासरूमों सैलफोन से पाबंदी लगाउण वाला क्यूबिक सरकार का नवा नियम सर्दी दीयां छुट्टियां तो बाद लागू हो जाएगा अते ओंटारियो तो बाद अजिहा करन वाला क्यूबिक कैनेडा का दूजा सूबा बन जाएगा जिसका उद्देश क्लास च ध्यान भटकण तो घटाउणा है। यह नियम 31 दिसंबर नूं लागू हो जाएगा अते जनतक एलीमेंट्री अते सेकेंडरी स्कूलों ते लागू होगा पर यह अध्यापकों नूं विशेष सिक्ख्या शास्त्री उद्देशों लई विद्यार्थियों नूं फोन की वरतों करन देण दी छूट प्रदान करता है। सिक्ख्या मंत्री बरनार्ड ड्रेन विले वल्लों अगस्त च पाबंदी शुरू करन तो पहला क्यूबिक दे कई स्कूलों च पहला ही क्लासा च सैलफोन की वरतों नूं सीमित करन दे नियम सन पर कुछ बाल वकीलों का कहना है कि पाबंदियों नूं जिन्ना संभव हो सके सख्त बनाउणा चाहीदा है और यह बच्चों के हित च है। ड्रेन विले की घोषणा तो कुछ दिन पहला क्यूबिक दे वारविक तो एक हाई स्कूल अध्यापक एटीएन बर्गरॉन ने एक पटीशन शुरू की सी जिस च सरकार नूं स्कूल दे अंदर ਕਿਤੇ ਵੀ ਸੈੱਲਫੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਗਈ ਸੀ। ਇਸ ਨੂੰ ਲੈ ਕੇ ਬਰਗਰੌਨ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਚਾਹੁੰਦਾ ਕਿ ਸਕੂਲਾਂ 'ਚ ਸਾਰੇ ਨਿੱਜੀ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ ਇੱਥੋਂ ਤੱਕ ਕਿ ਗਲਿਆਰਿਆਂ 'ਚ ਜਨਤਕ ਥਾਵਾਂ 'ਤੇ ਅਤੇ ਲਾਇਬ੍ਰੇਰੀਆਂ 'ਚ ਹਰ ਥਾਂ। ਉਹਨਾਂ ਆਖਿਆ ਕਿ ਉਹ ਟੈਕਨੋਲੋਜੀ ਵਿਰੋਧੀ ਨਹੀਂ ਨੇ ਸਗੋਂ ਆਪਣੇ ਸਕੂਲ ਦੀ ਰਚਨਾਤਮਕ ਪ੍ਰਯੋਗਸ਼ਾਲਾ ਦਾ ਪ੍ਰਬੰਧਨ ਕਰਦੇ ਨੇ ਅਤੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਸੰਗੀਤ ਅਤੇ ਵੀਡੀਓ ਗੇਮ ਡਿਜ਼ਾਈਨ ਬਾਰੇ ਸਿਖਾਉਂਦੇ ਨੇ। ਬਰਗਰੌਨ ਨੇ ਕਿਹਾ ਕਿ ਇਸ ਸਭ ਦਾ ਉਦੇਸ਼ ਬੱਚਿਆਂ ਨੂੰ ਡਿਜੀਟਲ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਨੂੰ ਵਧਾਉਣਾ ਹੈ ਨਾ ਕਿ ਬਿਨਾਂ ਕਿਸੇ ਉਦੇਸ਼ ਤੋਂ ਇੰਟਰਨੈਟ 'ਤੇ ਫਾਲਤੂ ਦੀਆਂ ਚੀਜ਼ਾਂ ਸਰਚ ਕਰਦੇ ਰਹਿਣਾ ਹੈ। ਕਿਊਬਿਕ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੱਕ ਸਾਰੇ ਸਕੂਲਾਂ ਵਿੱਚ ਕਲਾਸਰੂਮਾਂ ਵਿੱਚ ਸੈੱਲਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਵਾਲੀ ਨੀਤੀ ਹੋਣੀ ਚਾਹੀਦੀ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਲਈ ਜੁਰਮਾਨੇ ਦੀ ਨੀਤੀ ਵੱਖ-ਵੱਖ ਸਕੂਲ ਬੋਰਡਾਂ 'ਤੇ ਨਿਰਭਰ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਮਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਟਰੂਡੋ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਇਸ ਕ੍ਰਿਸਮਸ 'ਤੇ ਆਪਸੀ ਮਤਭੇਦਾਂ ਵਿੱਚੋਂ ਤਾਕਤ ਲੱਭਣੀ ਚਾਹੀਦੀ ਹੈ। अपने सालाना क्रिसमस संबोधन विच ट्रूडो ने कैनेडियनां नूं कहा कि वह अपने गुआंढियां नूं उसे तरह प्यार करन जिवें वह खुद नाल करदे ने। इस नाल ही ट्रूडो ने लोकां नूं मुसीबत विच फसे अपने साथियों की मदद करन लई भी कहा। ट्रूडो ने अपील की आओ उन्हां लोकां नाल सीजन की निग सांझी करिए जो इस साल इकल्ले छुट्टियां बिता रहे हैं। उन्हां कहा कि इस दिन ईसाई भाईचारे के लोग यीशु मसीह के जन्म का जश्न मनाते हैं। यीशु दीयां सिक्ख्यावां जिवें दया दयालुता अते उम्मीद साढ़े सारियां लई ने। ट्रूडो ने मिलटरी के मैंबरां पहले जवाब देण वालियां अते वलंटियरां का धन्नवाद किया जो किसी होर दीयां छुट्टियां नूं बेहतर बनाउण लई अपना समां दिंदे ने।
ਉਹਨਾਂ ਨੇ ਕੈਨੇਡੀਅਨਾਂ ਨੂੰ ਨਵੇਂ ਸਾਲ ਵਿੱਚ ਦਇਆ ਦੀ ਭਾਵਨਾ ਲਿਆਉਣ ਅਤੇ ਭਾਈਚਾਰਿਆਂ ਦੇਸ਼ ਅਤੇ ਵਿਸ਼ਵ ਨੂੰ 2024 ਵਿੱਚ ਹਰ ਕਿਸੇ ਲਈ ਇੱਕ ਪਸੰਦੀਦਾ ਸਥਾਨ ਬਣਾਉਣ ਦੇ ਤਰੀਕੇ ਲੱਭਣ ਲਈ ਵੀ ਸੱਦਾ ਦਿੱਤਾ। Merry Christmas, Canada. 'Tis the season to gather with friends and family, to share moments and meals with loved ones, and to give thanks for the blessings in our lives. For Christians, it's also a time to celebrate the birth of Christ and the values he embodied, values like compassion, kindness, and hope. And while the story of Christ is being celebrated by Christians tonight, these values are universal. The holiday season is an opportunity for us all to bring comfort, joy, and light to those who need it most. So let's love our neighbors as we love ourselves and find strength in our differences. Let's give back and extend a helping hand to those who've fallen on hard times. And let's share the warmth of the season with those who are spending the holidays alone this year. That's not just the true spirit of Christmas. It's also the true spirit of Canada. My friends, whether you're continuing family traditions passed on from one generation to the next, or embarking on new ones, whether you're hosting a big family gathering or celebrating with a few close friends, I hope your holidays are filled with good cheer, great company, and hope for the year ahead. And to our brave service women and men of the Canadian Armed Forces, the first responders who work round the clock to keep us safe, and to the volunteers who give up their time to make someone else's Christmas merry and bright, thank you. You embody the eternal message and timeless truth that it is more blessed to give than to receive. Once again, from my family to yours, Merry Christmas. Let's carry the spirit of the holidays into the new year. And let's find new ways to make our communities, our country, and our world a brighter place for everyone in 2024. ਭਾਰਤੀ ਵਿਦਿਆਰਥੀ ਸੁਨਹਿਰੀ ਭਵਿੱਖ ਦੀ ਆਸ ਵਿੱਚ ਕੈਨੇਡਾ ਪੜ੍ਹਨ ਲਈ ਜਾਂਦੇ ਨੇ। ਹਾਲ ਹੀ ਵਿੱਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਕੈਨੇਡਾ ਦੇ ਜ਼ਿਆਦਾਤਰ ਕਾਲਜਾਂ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ ਹੈ। ਇਹਨਾਂ ਵਿੱਚ ਵੱਡੀ ਗਿਣਤੀ ਪੰਜਾਬ ਅਤੇ ਗੁਜਰਾਤ ਦੇ ਵਿਦਿਆਰਥੀਆਂ ਦੀ ਹੈ। ਭਾਰਤੀ ਵਿਦਿਆਰਥੀਆਂ ਦਾ ਦੂਰ ਦਰਾਡੇ ਦੇ ਕਾਲਜਾਂ ਵਿੱਚ ਦਬਦਬਾ ਹੈ। ਭਾਰਤੀ ਉੱਥੇ ਪਹੁੰਚ ਰਹੇ ਨੇ ਜਿੱਥੇ ਸਥਾਨਕ ਵਿਦਿਆਰਥੀ ਨਹੀਂ ਪੜ੍ਹਦੇ। ਕੈਨੇਡਾ ਦੀ ਰਾਜਧਾਨੀ ਟੋਰਾਂਟੋ ਤੋਂ 700 ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਦਾ ਨਾਮ ਟਿਮਿਸ ਹੈ। ਇਹ ਸ਼ਹਿਰ ਭਾਰਤੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ ਇਸ ਦਾ ਕਾਰਨ ਇੱਥੇ ਭਾਰਤੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੋਣਾ ਹੈ। ਇੱਥੋਂ ਦੇ ਉੱਤਰੀ ਕਾਲਜ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 96% ਭਾਰਤੀ ਨੇ। 20 ਸਾਲਾਂ ਗ੍ਰੈਜੂਏਟ ਇੱਕ ਭਾਰਤੀ ਵਿਦਿਆਰਥੀ ਦਾ ਕਹਿਣਾ ਹੈ ਕਿ ਹਰ ਜਮਾਤ ਵਿੱਚ ਸਿਰਫ 3 ਜਾਂ 4 ਕੈਨੇਡੀਅਨ ਵਿਦਿਆਰਥੀ ਨੇ ਅਤੇ ਬਾਕੀ ਦੂਜੇ ਦੇਸ਼ਾਂ ਦੇ ਨੇ, ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ ਨੇ। ਇਹ ਸਾਰੇ 2 ਰਾਜਾਂ ਪੰਜਾਬ ਅਤੇ ਗੁਜਰਾਤ ਦੇ ਨੇ। ਇਸੇ ਲਈ ਦੇਸ਼ ਛੱਡਣ ਤੋਂ ਬਾਅਦ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਭਾਰਤ ਵਿੱਚ ਹੀ ਹਾਂ। ਤੁਹਾਨੂੰ ਦੱਸ ਦਈਏ ਕਿ ਪਿਛਲੇ 1 ਦਹਾਕੇ ਵਿੱਚ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉੱਤਰੀ ਕਾਲਜ ਦੇ ਡਾਟਾ ਮੁਤਾਬਕ 2014 'ਚ ਸਿਰਫ 40 ਅੰਤਰਰਾਸ਼ਟਰੀ ਵਿਦਿਆਰਥੀ ਸਨ, ਹੁਣ ਇਹਨਾਂ ਦੀ ਗਿਣਤੀ ਵੱਧ ਕੇ 6,140 ਹੋ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਦੂਜੇ ਦੇਸ਼ ਆਉਂਦੇ ਨੇ ਤਾਂ ਖਾਣੇ ਦੀ ਸਮੱਸਿਆ ਹੁੰਦੀ ਹੈ। ਭਾਰਤੀਆਂ ਦੀ ਬਹੁਤਾਤ ਕਾਰਨ ਇੱਥੋਂ ਦੇ ਰੈਸਟੋਰੈਂਟਾਂ ਵਿੱਚ ਭਾਰਤੀ ਪਕਵਾਨ ਮਿਲਣਾ ਆਮ ਗੱਲ ਹੈ। ਕੈਨੇਡਾ ਸਰਕਾਰ ਮੁਤਾਬਕ ਇਸ ਸਾਲ ਉਹ 9 ਲੱਖ ਵਿਦਿਆਰਥੀਆਂ ਨੂੰ ਦਾਖਲਾ ਦੇਵੇਗੀ, ਜੋ 1 ਦਹਾਕੇ ਪਹਿਲਾਂ ਦੇ ਮੁਕਾਬਲੇ 3 ਗੁਣਾ ਹੈ। ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਨੇ। ਚੀਨ ਦੂਜੇ ਸਥਾਨ 'ਤੇ ਹੈ। ਅੰਕੜਿਆਂ ਮੁਤਾਬਕ 40% ਭਾਰਤੀ ਨੇ, ਜਦਕਿ 12% ਚੀਨ ਤੋਂ ਅਤੇ 48% ਹੋਰ ਦੇਸ਼ਾਂ ਤੋਂ ਨੇ। ਕੈਨੇਡਾ ਵਿੱਚ ਕੰਮ ਦੇ ਮੌਕੇ ਨੇ, ਉਹਨਾਂ ਨੂੰ ਭਾਰਤ ਤੋਂ ਹੁਨਰਮੰਦ ਲੋਕਾਂ ਦੀ ਲੋੜ ਹੈ। ਇਸ ਕਾਰਨ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਵਿੱਚ ਗੈਰ ਦਸਤਾਵੇਜ਼ ਰਾਹੀਂ ਰਹਿ ਰਹੇ ਪ੍ਰਵਾਸੀਆਂ ਲਈ ਬਹੁਤ ਜਲਦੀ ਨਾਗਰਿਕਤਾ ਮਾਰਗ ਸ਼ੁਰੂ ਕੀਤਾ ਜਾਵੇਗਾ। ਇਸ ਗੱਲ ਦਾ ਖੁਲਾਸਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕੀਤਾ ਗਿਆ। ਇਸ ਨਾਲ ਗੈਰ ਦਸਤਾਵੇਜ਼ੀ ਵਿਅਕਤੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀਆਂ ਦੀ ਸਹੂਲਤ ਮਿਲੇਗੀ। ਮਿਲਰ ਨੇ ਦ ਗਲੋਬਲ ਐਂਡ ਮੇਲ ਨੂੰ ਦੱਸਿਆ ਕਿ ਇਹ ਪਹਿਲਕਦਮੀ ਕੈਨੇਡਾ ਦੇ ਅਭਿਲਾਸ਼ੀ ਇਮੀਗ੍ਰੇਸ਼ਨ ਟੀਚਿਆਂ ਦੇ ਅਨੁਸਾਰ ਹੈ, ਜੋ 2025 ਤੱਕ ਸਾਲਾਨਾ 5 ਲੱਖ ਪ੍ਰਵਾਸੀਆਂ ਦਾ ਸਵਾਗਤ ਕਰੇਗੀ। ਇਸ ਨਾਲ ਆਬਾਦੀ ਦੇ ਵਾਧੇ ਨੂੰ ਹੁਲਾਰਾ ਮਿਲੇਗਾ, ਜਿਸ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੂਤਰਾਂ ਤੋਂ ਮਿਲੀ ਇੱਕ ਰਿਪੋਰਟ ਅਨੁਸਾਰ ਕੈਨੇਡਾ ਦੀ ਮੌਜੂਦਾ ਆਬਾਦੀ ਵਿੱਚ ਅੰਦਾਜ਼ਨ 3 ਲੱਖ ਤੋਂ 6 ਲੱਖ ਲੋਕ ਬਿਨਾਂ ਕਿਸੇ ਦਸਤਾਵੇਜ਼ਾਂ ਤੋਂ ਰਹਿ ਰਹੇ ਨੇ, ਜਿਨ੍ਹਾਂ ਨੂੰ ਰਸਮੀ ਸਥਿਤੀ ਦੀ ਘਾਟ ਕਾਰਨ ਦੇਸ਼ ਨਿਕਾਲੇ ਦਾ ਖਤਰਾ ਹੈ।
प्रस्तावित प्रोग्राम विच सिर्फ ओ लोग शामिल नहीं होंगे जो सही दस्तावेजों तो बिना देश विच दाखिल हुए सन, सगों ओ लोग भी शामिल होंगे जो शुरू विच कानूनी तौर ते अस्थाई कामिया जा अंतरराष्ट्रीय विद्यार्थियों वजो आए सन। नाल ही वो अपने वीजे की म्याद खत्म होने तो बाद वध रहन की योजना बना रहे सन। इस मामले के संबंध में मिलर ने स्पष्ट किया कि यह प्रोग्राम सारे गैर दस्तावेजी व्यक्तियों लई खुला नहीं होगा, विशेष तौर पर वो जिहड़े हाल ही विच देश विच दाखिल होए ने। गैर दस्तावेजी प्रवासियों लई अपनी स्थिति नियमित करने लई प्रक्रिया की रूपरेखा देण वाला प्रस्ताव आने वाली बसंत विच कैबिनेट नू पेश किए जाने की उम्मीद है। हालांकि यह घोषणा हाउसिंग चुनौतियां अते उच्च महंगाई दरां दे पिछोकड़ दे विरुद्ध आई है। इन्हां आर्थिक चिंतावां दे बावजूद सरकार ने अगले 2 साल लई मौजूदा इमीग्रेशन टीचियां नू बरकरार रखण दी चोण कीती। कैनेडा च भारतीय मूल की एक औरत ते कतल दा दोष लग्या है। पुलिस ने इस महीने दे शुरू विच पीड़िता दी लाश मिलण तो एक दिन बाद आरोपी प्रीति टीना कौर पनेसर नू हिरासत विच लिया सी। पुलिस ने कहा कि कैनेडा दे ब्रिटिश कोलंबिया सूबे विच एक औरत दी शक्की मौत दे संबंध विच भारतीय मूल दी 28 साला प्रीति टीना कौर पनेसर ते पहली डिग्री कतल दे चार्ज लगाए गए ने। प्रीति टीना कौर पनेसर नू इस महीने दे शुरू विच ब्रिटिश कोलंबिया दे लोअर मेनलैंड खेतर दे एक शहर डेल्टा विच पीड़ित दी लाश मिलण तो एक दिन बाद हिरासत विच लिया गया सी। डेल्टा पुलिस ने मृतक औरत दा नाम, उमर ज उस बारे कोई होर पछाण दे वेरवे सांझे नहीं किते, सिवाय इस तो इलावा कि उस दे पनेसर नाल अणपछाते परिवारक संबंध ने। कुछ मीडिया अदारियां ने डेल्टा पुलिस दा हवाला देंदे होए रिपोर्ट कीती कि अधिकारियों नू शाम नू शहर दे लाडनेर इलाके विच एक घर विच बुलाया गया सी। उत्थे एक औरत मृतक पाई गई सी। शुरुआती तौर पर हालातों नू शक्की दसदे होए जांच अधिकारियों ने कहा सी कि उन्होंने निरपक्ष तौर पर तय किया है कि मृतका दा कतल किया गया है। एक न्यूज़ रिलीज़ विच डेल्टा पुलिस विभाग ने इस चुनौतीपूर्ण समय दौरान पीड़ित परिवार नाल दिली हमदर्दी की पेशकश की। रिलीज़ विच कहा गया कि चल रही जांच अते कानूनी कार्रवाइयां दे मद्देनज़र इस समय होर वेरव्या का खुलासा नहीं किया जाएगा। पुलिस ने स्थानक मीडिया नू दस्या कि इस मौत का संबंध लोअर मेनलैंड गैंगवार नाल नहीं है जो ब्रिटिश कोलंबिया सूबे विच चल रही है। ते सन हुण तक दीआं खबरां, जांदे जांदे इक बार फिर नज़र पाउंदे आ मुख खबरां ते। जगमीत सिंह ने दिता जस्टिन ट्रूडो नू वड्डा झटका, अगली सरकार च समर्थन ना देण दी कही गल, खुद प्रधानमंत्री बनना चाहुंदे ने जगमीत सिंह। हरदीप सिंह निज्जर हत्याकांड च कैनेडा पुलिस नू वड्डी सफलता, जल्द हो सकदी है 2 व्यक्तियां दी गिरफ्तारी, भारत दी भूमिका दा वी हो सकदा है खुलासा। लखबीर सिंह लंडा नू भारत सरकार ने ऐलानिया अत्तवादी, पंजाब पुलिस हैडक्वार्टर ते रॉकेट हमले दी बनाई सी योजना, इस वेले कैनेडा च रह रिहा लंडा। कैनेडा पुलिस च भर्ती होया पंजाबी नौजवान करणवीर सिंह ने अपने मापिया ते इलाके दा नाम कीता रोशन, लुधियाना दे हलका दाखा दा रहण वाला है करणवीर। इस नाल ही कैनेडा दा वीकली बुलेटिन इत्थे ही खत्म हुंदा है। मैनूं रचना सेवक नूं दे दिओ इजाजत, तुसीं वेखदे रहो टीवी पंजाब।